ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਦੀ ਹੈਰੀਟੇਜ ਆਫ ਪਾਕਿਸਤਾਨ ਪੰਜਾਬ ਪੇਜ, ਪਿਸ਼ਾਵਰੀ ਸਿੰਘ, ਹਮਾਰੇ ਖਾਨੇ, ਮਾਰੀ ਪਹਿਚਾਨ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਮੈਂ ਅੱਜ ਤੁਹਾਨੂੰ ਦਿਖਾ ਰਿਹਾ ਕੌਂਤਰੀਲਾ ਸ਼ਹਿਰ। ਕੌਂਤਰੀਲਾ ਸ਼ਹਿਰ ਦੇ ਵਿੱਚ ਇਹ ਜਿਹੜਾ ਤੁਹਾਨੂੰ ਨਜ਼ਰ ਆ ਰਹੀ ਹੈ ਬਿਲਡਿੰਗ ਨਜ਼ਰ ਆ ਰਹੀ ਹੈ, ਜਿਹੜੇ ਲੋਕ ਕੌਂਤਰੀਲਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਕੌਂਤਰੀਲਾ ਦਾ ਪੁਰਾਣਾ ਗੁਰਦੁਆਰਾ ਹੈ, ਜਿਹਨੂੰ ਕਦੀ ਪਟਵਾਰਖਾਨਾ ਡਿਕਲੇਅਰ ਕੀਤਾ ਗਿਆ ਔਰ ਕਦੀ ਕੋਈ ਰੈਜੀਡੈਂਸ ਡਿਕਲੇਅਰ ਕੀਤਾ ਗਿਆ, ਔਰ ਇਸ ਵੇਲੇ ਰੈਜੀਡੈਂਸ ਵਿੱਚ ਕਨਵਰਟ ਹੋ ਚੁੱਕਿਆ ਹੋਇਆ। ਔਰ ਇਹ ਤੱਕ ਤੁਸੀਂ ਦੇਖੋ, ਇਸ ਜਗ੍ਹਾ ਤੋਂ ਗੁਰੂ ਖੰਡੇ ਜਿਹੜੇ ਨੇ ਉਹਨਾਂ ਦੇ ਨਿਸ਼ਾਨ ਮਿਟਾਏ ਗਏ ਨੇ ਇਹ ਗੁਰਦੁਆਰੇ ਦੇ ਉੱਤੇ। ਬਾਰ ਬਾਰ ਕਹਿੰਦਾ ਵਾਂ ਕੁਝ ਵੀ ਕਰ ਲਿੱਤਾ ਜਾਵੇ, ਲੇਕਿਨ ਤਾਰੀਖ ਜਿਹੜੀ ਉਹ ਮਿਟਾਈ ਨਹੀਂ ਜਾ ਸਕਦੀ, ਫੁੱਟਸਟੈਪਸ ਮਿਟਾਏ ਨਹੀਂ ਜਾ ਸਕਦੇ। ਇਹ ਗੁਰਦੁਆਰਾ ਹੈ ਔਰ ਇਹ ਪਿੱਛੇ ਤੁਸੀਂ ਦੇਖੋ ਬਾਈ ਬਖਸ਼ੀ ਰਾਮ ਸਿੰਘ ਦੀ ਜਿਹੜੀ ਹੈ ਉਹ ਮਾੜੀ ਹੈ, ਔਰ ਇਹਦੇ ਥੱਲੋਂ ਜਿਹੜਾ ਅੰਡਰਗਰਾਊਂਡ ਚੈਂਬਰ ਆ ਰਿਹਾ, ਕੁਝ ਲੋਕ ਕਹਿ ਰਹੇ ਨੇ ਕਿ ਇਹ ਗੁਰਦੁਆਰੇ ਦੇ ਅੰਦਰ ਆ ਕੇ ਖੁੱਲ੍ਹਦਾ ਸੀ। ਇਹ ਗੁਰਦੁਆਰਾ ਸਾਹਿਬ ਮਾਡਰਨ ਆਰਕੀਟੈਕਚਰ ਦੇ ਤਹਿਤ ਬਣਾਇਆ ਗਿਆ ਔਰ ਕੁਝ ਬਹੁਤ ਜ਼ਿਆਦਾ ਪੁਰਾਣਾ ਨਹੀਂ ਲੱਗਦਾ। ਇਹਦੇ ਅੰਦਰ ਅਸੀਂ ਗਏ ਹਾਂ ਲੇਕਿਨ ਕੋਈ ਖਾਸ ਐਵੀਡੈਂਸ ਨਹੀਂ ਮਿਲੇ ਨੇ, ਲੇਕਿਨ ਇਹ ਇੰਨਾ ਪਤਾ ਚੱਲਿਆ ਕਿ ਇਹ ਗੁਰਦੁਆਰਾ ਸੀ ਔਰ ਉਸ ਦੌਰ ਦਾ ਗੁਰਦੁਆਰਾ, ਜਦੋਂ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਜਿਹੜੇ ਜ਼ਿਆਦਾ ਗੁਰਦੁਆਰੇ ਬਣੇ ਸਨ। ਇਹਦੇ ਨਾਮ 'ਤੇ ਵੀ, ਗੁਰਦੁਆਰੇ ਦੇ ਨਾਮ 'ਤੇ ਵੀ ਅੱਛੀ ਖਾਸੀ ਲੈਂਡ ਸੀ। ਇਹ ਤੁਸੀਂ ਦੇਖੋ ਗੁਰਦੁਆਰਾ ਕੌਂਤਰੀਲਾ, ਜਿਹੜਾ ਕਿ ਇਸ ਵੇਲੇ ਆਫਿਸ ਔਰ ਰੈਜੀਡੈਂਸ ਦੇ ਵਿੱਚ ਕਨਵਰਟ ਹੋ ਚੁੱਕਿਆ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸਿਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਮੈਂ ਤੁਹਾਨੂੰ ਦਿਖਾ ਰਿਹਾ ਵਾਂ ਮਾੜੀ, ਸਾਹਮਣੇ ਨਜ਼ਰ ਆ ਰਹੀ ਹੈ ਮਾੜੀ, ਬਾਈ ਰਾਮ ਸਿੰਘ ਹੈ, ਕਮਾਲ ਦੀ ਬਣੀ ਹੋਈ ਮਾੜੀ ਹੈ, ਹਵੇਲੀ ਹੈ 1886 'ਚ ਬਣੀ ਹੋਈ, ਔਰ ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਗੁਰਦੁਆਰਾ। ਐਂਟਰੈਂਸ ਹੈ ਗੁਰਦੁਆਰੇ ਦੀ, ਇਸ ਤੋਂ ਪਤਾ ਲੱਗਦਾ ਕਿ ਇੱਥੇ ਸਿੱਖ ਪੀਰੀਅਡ ਦੇ ਅੱਛੇ ਖਾਸੇ ਫੁੱਟਸਟੈਪਸ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਫ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਫ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਦੀ ਹੈਰੀਟੇਜ ਆਫ ਪਾਕਿਸਤਾਨ। ਮੇਰੇ ਅੱਜ ਸਫ਼ਰ ਵਿੱਚ ਮੇਰੇ ਨਾਲ ਨੇ ਮਿਰਜ਼ਾ ਬੇਗ ਸਾਹਿਬ, ਔਰ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਕੌਂਤਰੀਲਾ। ਥੋੜ੍ਹੀ ਦੇਰ ਬਾਅਦ ਅਸੀਂ ਜਾਵਾਂਗੇ ਦੋਰਾ ਬਦਾਲ। ਦੇਖਦੇ ਰਹੋ ਸੇਫ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਫ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਫ। ਇਹ ਤੁਹਾਨੂੰ ਮੈਂ ਦਿਖਾਉਂਦਾ ਜਾਵਾਂ, ਇਹ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ। ਔਰ ਇਸ ਵਿੱਚ ਲੱਗਿਆ ਹੋਇਆ ਗੁਰੂ ਖੰਡਾ ਵੀ ਤੁਹਾਨੂੰ ਦਿਖਾਉਣਾ ਮੈਂ। ਇਹ ਨਿਸ਼ਾਨ ਸਨ ਇੱਥੇ ਗੁਰੂ ਖੰਡਾ ਸਾਹਿਬ ਦੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾ ਐਂਡ ਟੈਂਪਲ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਗੁਰਦੁਆਰਾ ਕੌਂਤਰੀਲਾ।